ਵਾ ਇਹ ਸਾਡੇ ਫਤਿਹਪੁਰ ਸ਼ਹਿਰ ਦੇ ਵਿੱਚ ਇਹ ਜੀ ਫੈਸਲ ਮਸਜਿਦ ਦਾ ਨਕਸ਼ਾ ਬਣਿਆ। ਛੋਟੀ ਥੋੜ੍ਹੀ ਜਿਹੀ ਜਗ੍ਹਾ 'ਚ ਬਣੀ ਹੋਈ, ਤਕਰੀਬਨ 2 ਕਮਰਲੇ ਜਗ੍ਹਾ ਹੈ ਜਿਹਦੇ ਵਿੱਚ ਮਸਜਿਦ ਦੀ ਟੋਟਲ ਕਟਾਈ ਆ ਕੀਤੀ ਹੋਈ ਇਹਨਾਂ ਨੇ। ਮਸਜਿਦ ਇਹ ਜੀ ਮਸਜਿਦ ਸਾਡੇ ਫਤਿਹਪੁਰ ਸ਼ਹਿਰ 'ਚ ਦਸੂ ਨਹਿਰ ਦੇ ਨਾਲ ਮਸਜਿਦ ਬਣਾਈ। ਨਿਜ਼ਾਮ ਬਣਿਆ ਆ ਬੜਾ VIP ਨਿਜ਼ਾਮ ਹੈ, ਇੱਥੇ ਸਰਕਾਰੀ ਜਗ੍ਹਾ ਵਾ ਇਹ ਸਾਰੀ, ਤਕਰੀਬਨ ਇੱਥੇ 1 ਮੁਰੱਬਾ ਰੋਡ ਦੇ ਨਾਲ ਨਾਲ ਨਾ ਸਰਕਾਰੀ ਜਗ੍ਹਾ ਵਾ। ਕੀ ਹਾਲ ਜੇ? ਠੀਕ ਹੋ? ਉਮੀਦ ਆ ਭੈਣ ਭਰਾ ਠੀਕ ਹੀ ਹੋਣਗੇ। ਮੈਂ ਤੁਹਾਡਾ ਆਪਣਾ ਰਿਆਸਤ ਗੇਲ, ਤੁਸੀਂ ਮੇਰਾ ਚੈਨਲ ਵੇਖ ਰਹੇ ਵੇਲਾ ਜੱਟ 1, ਅਤੇ ਅੱਜ ਆ ਰਿਹਾ ਫਤਿਹਪੁਰ। ਉੱਥੇ ਕੋਈ ਟਰੱਕ 'ਚ ਮਾਲ ਆਇਆ ਕੋਈ 10-15 ਟਨ, ਉਹ ਲਾਉਣਾ ਵਾ ਅਤੇ ਸੁਬਹ ਇਨਸ਼ਾਅੱਲਾ ਇਹ ਫਾਰਮ ਦਾ ਫਿਰ ਸ਼ੁਰੂ ਕਰਾਂ ਕੰਮ। ਅੱਜ ਅੱਬੂ ਹੁਣ ਇੱਥੇ ਕਰ ਰਹੇ ਨੇ ਕੰਮ ਸ਼ੁਰੂ। ਕੱਲ੍ਹ ਬਰਾਮਦਾ ਬਣਾਇਆ ਸੀਗਾ ਇਹ ਨਾਲ, ਇਹ ਬਰਾਮਦਾ ਸਾਹਮਣੇ ਬਣਿਆ ਹੋਇਆ ਜਿੱਥੇ ਗਾਵਾਂ ਖੜੀਆਂ, ਇਹਦਾ ਕੰਮ ਮੁਕੰਮਲ ਹੋ ਗਿਆ ਵਾ। ਅੱਜ ਇਹਦੇ ਨਾਲ ਬਣਾਉਣਾ ਵਾ 30 ਫੁੱਟ ਲੰਬਾ ਬਰਾਮਦਾ ਇੱਕ ਹੋਰ। ਨਿਕਲਣ ਲੱਗੇ ਹਾਂ ਹੁਣ, ਇਹ ਤੁਰ ਪਏ ਫਤਿਹਪੁਰ ਨੂੰ ਅਸੀਂ। ਹੋ ਮਾੜਾ ਕਹਿੰਦੇ ਜਿਹੜੇ ਬੰਦਾ ਹੀਰਾ ਕਹਿਣਗੇ, ਨਾਮ ਬਣੂਗਾ ਤੇ ਵੀਰਾ ਵੀਰਾ ਕਹਿਣਗੇ। ਪਹਿਲਾਂ ਜ਼ੋਰ ਮਾਰਦੇ ਸ਼ਰੀਫ ਜਾਣ ਕਹੇ, ਬਦਲੇ ਆਬਾਦ ਚ ਵਤੀਰਾ ਕਹਿਣਗੇ। ਨੀਲੀ ਛੱਤ ਖੜੀ ਜਿਵੇਂ ਥੰਮ ਤੋਂ ਬਿਨਾ, ਰੂਹ ਦੀ ਪਛਾਣ ਹੁੰਦੀ ਚੰਮ ਤੋਂ ਬਿਨਾ। ਚੱਕੀ ਵੀ ਉਹਨਾਂ ਦੇ ਕਦੇ ਕੰਮ ਨੀ ਆਇਆ, ਕਰਦੇ ਨੀ ਗੱਲ ਜਿਹੜੇ ਕੰਮ ਤੋਂ ਬਿਨਾ। ਬੜਾ ਕੁਝ ਕੀਤਾ ਪਹਿਲਾਂ ਜਮਾ ਗੋਰੀਏ, ਚੰਗੀਆਂ ਚੀਜ਼ਾਂ ਨੂੰ ਲੱਗੇ ਸਮਾਂ ਗੋਰੀਏ। ਸੁਣਿਆ ਪੁਰਾਣਿਆਂ ਚ ਗੱਲਾਂ ਹੋ ਗਈਆਂ, ਸੀਨ ਵਿੱਚ ਆ ਗਿਆ ਕੋਈ ਨਵਾਂ ਗੋਰੀਏ। ਅੱਖ ਮੇਰੀ ਲੋੜ ਸਟਰੈਪ ਨਾਲ ਦੀ, ਗੋਲੀ ਵਾਂਗੂ ਚੱਲਦਾ ਦਿਮਾਗ ਦੱਸ ਦੇ, ਦਿਮਾਗ ਦੱਸ ਦੇ। ਜ਼ਿੰਦਗੀ ਚ ਆਉਣ ਦੇ ਤਰੀਕੇ ਬਦਲੇ, ਐਂਟੀ ਸਾਡੀ ਹਵਾ ਹੋਈ ਖਰਾਬ ਦੱਸ ਦੇ, ਐਂਟੀ ਸਾਡੀ ਹਵਾ ਹੋਈ ਖਰਾਬ ਦੱਸ ਦੇ, ਐਂਟੀ ਸਾਡੀ। ਉਹ ਮਾੜਾ ਕਹਿੰਦੇ ਜਿਹੜੇ ਬੰਦਾ ਹੀਰਾ ਕਹਿਣਗੇ, ਨਾਮ ਬਣੂਗਾ ਤੇ ਵੀਰਾ ਵੀਰਾ ਕਹਿਣਗੇ। ਪਹਿਲਾਂ ਜ਼ੋਰ ਮਾਰਦੇ ਸ਼ਰੀਫ ਜਾਣ ਕਹੇ। ਤੁਹਾਨੂੰ ਇੱਕ ਮਸਜਿਦ ਦਾ ਵਿਜ਼ਿਟ ਕਰਾ ਰਹੇ ਹਾਂ, ਇਹ ਫੈਸਲ ਮਸਜਿਦ ਦਾ ਨਕਸ਼ਾ ਬਣਾ ਹੋਇਆ ਹੈ। ਫੈਸਲ ਮਸਜਿਦ ਦਾ ਨਕਸ਼ਾ ਵਾ ਇਹ ਸਾਡੇ ਫਤਿਹਪੁਰ ਸ਼ਹਿਰ ਦੇ ਵਿੱਚ। ਬਾਹਰਲੀ ਸਾਈਡ ਤੁਹਾਨੂੰ ਦਿਖਾਈ ਮਸਜਿਦ ਦੀ, ਇੱਧਰੋਂ ਇਹਨਾਂ ਦਾ ਮੇਨ ਦਰਵਾਜ਼ਾ, ਮਸਜਿਦ ਦਾ ਗੇਟ ਛੋਟਾ ਜਿਹਾ ਲਾਇਆ ਹੋਇਆ। ਇੱਧਰ ਗੇਟ ਲੱਗਾ ਹੋਇਆ ਮਸਜਿਦ ਦਾ। ਇਹ ਜੀ ਮਸਜਿਦ ਸਾਡੇ ਫਤਿਹਪੁਰ ਸ਼ਹਿਰ 'ਚ ਦਸੂ ਨਹਿਰ ਦੇ ਨਾਲ ਮਸਜਿਦ ਬਣਾਈ ਹੋਈ ਹੈ, ਛੋਟੀ ਜਿਹੀ ਮਸਜਿਦ ਦਾ ਫੈਸਲ ਮਸਜਿਦ ਦਾ ਨਕਸ਼ਾ। ਇਹ ਇਹਨਾਂ ਦੇ ਅੰਦਰ ਸਿਸਟਮ ਸ਼ੀਸ਼ਾ ਵਗੈਰਾ ਲੱਗਾ, ਇਹ ਦਰਵਾਜ਼ਾ ਸਾਹਮਣੇ ਮੇਨ ਮੇਨ ਦਰਵਾਜ਼ਾ ਹੈ ਸਾਹਮਣੇ। ਇੱਥੇ ਲਾਗੇ ਲਾਗੇ ਬਸ ਆਵਾਮ ਬੱਚੇ ਨੇ ਨਿੱਕੇ ਨਿੱਕੇ, ਫਿਰ ਇਸ ਵਾਸਤੇ ਮਸਜਿਦ ਦੇ ਅੰਦਰ। ਅਤੇ ਇਹ ਬਾਹਰ ਇਸ ਮਸਜਿਦ ਦੀ 4 ਦੀਵਾਰੀ ਸਮਝੋ ਬਣੀ ਹੈ, ਵਾੜ ਕੀਤੀ ਹੋਈ ਮਸਜਿਦ ਨੂੰ। ਅਤੇ ਨਾਲ ਇਸ ਜਗ੍ਹਾ 'ਤੇ ਇਹਨਾਂ ਦਾ ਵਾਸ਼ਰੂਮ ਹੈ ਮਸਜਿਦ ਦਾ। ਇਹ ਵਾਸ਼ਰੂਮ ਹੈ, ਵਾਸ਼ਰੂਮ ਦੇ ਨਾਲ ਹੀ ਟੂਟੀਆਂ ਨੇ, ਮਸਜਿਦ ਦਾ ਵਜ਼ੂਖਾਨਾ ਬਣਿਆ ਹੋਇਆ। ਅਤੇ ਇੱਧਰ ਮਸਜਿਦ ਦੇ ਫੈਸਲ ਮਸਜਿਦ ਦਾ ਨਕਸ਼ਾ ਬਣਿਆ, ਇਹ ਸਾਰਾ ਜਿਹੜਾ ਨਾ ਵੀ ਇਹਨਾਂ 4 ਦੀਵਾਰੀ ਇੱਥੇ ਕੀਤੀ ਹੋਈ ਨਾ। ਇਹ ਬਾਹਰ ਮਸਜਿਦ ਦੀ ਜਗ੍ਹਾ ਜਿਹ 'ਚ ਪੌਦੇ ਲੱਗੇ ਹੋਏ। ਇਸ ਜਗ੍ਹਾ 'ਤੇ ਰਕਬਾ ਇੱਧਰਲੀ ਸਾਈਡ 'ਤੇ
ਤੇ ਰੋਡ ਬਣ ਰਿਹਾ ਤੇ ਉਹਦੇ ਵਿੱਚ ਰੋਡ ਰੋਲਰ ਖੜੇ ਨੇ, ਟੈਂਕੀਆਂ ਖੜੀਆਂ ਨੇ, ਤੇ ਇਸ ਸਾਈਡ ਤੇ ਇੱਕ ਹੋਟਲ ਨਿੱਕਾ ਜਿਹਾ ਬਣਿਆ ਹੋਇਆ, ਬਸ ਜਿਨ੍ਹਾਂ ਨੇ ਹੋਟਲ ਵਾਲਿਆਂ ਬਣਾਈ ਹੋਈ ਹੈ। ਨਾਲ ਪਰੇ ਮੋਟਰਸਾਈਕਲ ਜਾ ਰਹੇ ਨੇ, ਇੱਥੇ ਰੋਡ ਆ, ਰੋਡ ਦੇ ਨਾਲ ਨਹਿਰ ਆ, ਇਹ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਨਾ ਇਹਨਾਂ ਨੇ ਨਿਜ਼ਾਮ ਬਣਾਇਆ ਸ਼ਹਿਰ ਤੋਂ ਬਾਹਰ ਬਾਹਰ ਨਿਜ਼ਾਮ ਬਣਿਆ ਆ, ਬੜਾ VIP ਨਿਜ਼ਾਮ ਹੈ ਇੱਥੇ, ਸਰਕਾਰੀ ਜਗ੍ਹਾ ਵਾ ਇਹ ਸਾਰੀ, ਤਕਰੀਬਨ ਇੱਥੇ ਇੱਕ ਮੁਰੱਬਾ ਰੋਡ ਦੇ ਨਾਲ ਨਾਲ ਨਾ ਸਰਕਾਰੀ ਜਗ੍ਹਾ ਵਾ ਜਿੱਥੇ ਮਸਜਿਦ ਬਣੀ ਹੈ, ਨਾਲ ਇਹਨਾਂ ਨੇ ਗੋਦਾਮ ਸਰਕਾਰੀ ਬਣੇ ਹੋਏ ਨੇ, ਕੋਈ ਜੰਗਲ ਦੇ ਬੇਲਦਾਰ ਵਗੈਰਾ ਇੱਦਾਂ ਸਾਰੇ ਜਿਹੜੇ ਨਾ ਇਹ ਸਰਕਾਰੀ ਨਿਜ਼ਾਮ ਇਹਨਾਂ ਨੇ ਬਣਿਆ ਹੋਇਆ ਇਹਨਾਂ ਦਾ, ਇਹ ਪਰੇ ਸਰਕਾਰੀ ਬਣੇ ਹੋਏ ਨੇ ਮਕਾਨ, ਇਹ ਨਰਸਰੀ ਨੁਰਸਰੀ ਇੱਥੇ ਜੰਗਲ ਦੀ ਜਿਹੜੀ ਲੱਗਦੀ ਹੈ ਨਾ ਇੱਥੇ ਸਾਡੇ ਫਤਿਹਪੁਰ 'ਚ ਲਾ ਰਹੇ ਨੇ, ਅਤੇ ਇਹਨਾਂ ਵਾਸਤੇ ਨਿਜ਼ਾਮ ਬਣਾਇਆ ਵਾ ਤਕਰੀਬਨ ਇੱਧਰ ਪਰੇ ਨੂੰ ਹੈ ਵਾ, ਇੱਕ ਵਾਰ ਬਾਹਰ ਅਖਵਾ ਵਾ ਜਿਹੜਾ ਇਹਨਾਂ ਦੇ ਕੋਲ ਆ ਸਰਕਾਰੀ ਜੰਗਲ ਵਾਲਿਆਂ ਕੋਲ, ਇਹ ਇਹਨਾਂ ਦਾ ਖਾਲ ਆ ਸਰਕਾਰੀ ਜਿਹੜਾ ਆ ਰਿਹਾ, ਇਹ ਵਾਲਾ ਖਾਲ ਆ, ਇਹਦੇ ਪਾਣੀ ਛਾਣੀ ਲੱਗ ਰਿਹਾ ਇੱਥੇ, ਇਹ ਸਾਡਾ ਫਤਿਹਪੁਰ ਸ਼ਹਿਰ ਆ, ਅਤੇ ਫਤਿਹਪੁਰ ਸ਼ਹਿਰ ਮੈਂ ਆ ਗਿਆ ਵਾਂ, ਅੱਲਾ ਖੈਰ ਕਰੇ, ਦੁਕਾਨ 'ਤੇ ਉਹਨਾਂ ਵਾਲਾ ਵਾਂ, ਸ਼ਹਿਰ ਦੇ ਵਿੱਚ ਵਾੜਾ ਆ ਫਤਿਹਪੁਰ, ਅਤੇ ਫਿਰ ਦੁਕਾਨਾਂ ਬੰਦ ਨੇ, ਕੋਈ ਸ਼ਹਿਰ ਕੋਲ ਨਹੀਂ, 8 ਵੱਜ ਗਏ ਅਤੇ ਮੈਂ ਸ਼ਹਿਰ ਆ ਗਿਆ ਅੱਲਾ ਖੈਰ ਕਰੇ, ਪੂਰੇ 8 ਵਜੇ ਬਾਜ਼ਾਰ, ਅਤੇ ਸਾਰੇ ਮਿਸਤਰੀ ਮਜ਼ਦੂਰ ਖੜ੍ਹੇ ਨੇ ਦਿਹਾੜੀ ਅਤੇ ਲਾਉਣ ਵਾਸਤੇ, ਹੁਣ 12 ਵੱਜ ਗਏ, ਹੁਣ ਆਇਆ ਹੁਣ ਲੱਗੇ ਹਾਂ ਲਾਉਣ, ਅੱਲਾ ਖੈਰ ਕਰੇ, ਸ਼ੁਰੂ ਕਰਨ ਲੱਗੇ, ਇੱਧਰ ਰਕਸ਼ਾ ਲੋਡ ਕੀਤਾ ਆ, ਇਹ ਵੀ ਜਾ ਰਿਹਾ ਲੈ ਕੇ ਆ ਭਾਈ ਬੈਠਾ ਹੋਵੇ, ਹੁਣ ਜਾ ਰਿਹਾ ਲੋਡ ਕਰਨ, ਅਸੀਂ ਟਰੱਕ ਲਾਉਣ ਲੱਗੇ ਹਾਂ, ਇੱਕ ਪਿੱਛੇ ਹੋਰ ਹੁੰਦਾ ਵੀ ਐਡਾ ਕੁ ਇਹਦੇ 'ਚ ਟਰੱਕ ਹੋ ਗਈ ਆ, ਦੂਸਰੀ ਆਈ ਆ ਹੁਣ, ਸਵੇਰੇ ਇੱਕ ਹੋਰ ਆਈ ਪੱਟਿਆਂ ਤੋਂ ਬਗੈਰ, ਦੂਸਰੀ ਗੱਡੀ ਵਿਹਲੀ।